ਰਸ ਸੁਧਾਰ ਲਹਿਰ ਦੇ ਤਹਿਤ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਬਹੁਤ ਸਾਰੀਆਂ ਕੁਰਬਾਨੀਆਂ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਹਿੱਸੇ ਵਿੱਚ ਆਈ ਜਿਹਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਜਿਵੇਂ ਸਿੱਖਾਂ ਨੇ ਗੁਰਮਤਿ ਦੇ ਤਹਿਤ ਆਪਣੀ ਹਿੱਸਾ ਚ ਲਈ ਉੱਥੇ ਫਿਰ ਵੱਡੀ ਕੁਰਬਾਨੀ ਕੀਤੀ ਗਈ ਨਨਕਾਣਾ ਸਾਹਿਬ ਦੇ ਵਿੱਚ ਮੈਂ ਸਮਝੀ ਦਿਆਂ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਐਡੀਆਂ ਕਿਸੇ ਵੀ ਧਰਮ ਦੇ ਵਿੱਚ ਕੁਰਬਾਨੀਆਂ ਨਹੀਂ ਹੋਈਆਂ ਜਿੰਨੀਆਂ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਹੋਈਆਂ ਭਾਈ ਲਿਸ਼ਮਨ ਸਿੰਘ ਜੀ ਭਾਈ ਦਲੀਪ ਸਿੰਘ ਜੀ ਭਾਈ ਕਰਤਾਰ ਸਿੰਘ ਦੀ ਚੱਬਰ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਸ਼ਹੀਦ ਹੋ ਗਏ ਉੱਥੇ ਉਹਨਾਂ ਦੀਆਂ ਖੂਨ ਦੇ ਨਾਲ ਇਹ ਸਿੱਖ ਫਲਵਾੜੀ ਜਿਹੜੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਖਾਸ ਕਰਕੇ ਹੋਂਦ ਵਿੱਚ ਆਈ ਉਹਨਾਂ ਦੇ ਸੀਨੇ ਦੀ ਮਿੱਝ ਪਈ ਹੈ ਇਸ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਦੀ ਇਸ ਸੰਸਥਾ ਦੇ ਵਿੱਚ ਤੇ ਸਭ ਤੋਂ ਜਿਹੜੀ ਦਰਦਨਾਕ ਘਟਨਾ ਹੁੰਦੀ ਹੈ ਕਿ ਉੱਥੇ ਜਦੋਂ ਭਾਈ ਲਛਮਣ ਸਿੰਘ ਜੀ ਗੁਰੂਗ੍ਰੰਥ ਸਾਹਿਬ ਦੀ ਤਾਬਿਆਂ 'ਚ ਜਾ ਕੇ ਬੈਠੇ ਗੋਲੀ ਚੱਲੀ ਦਰਵਾਜੇ ਦੇ ਵਿੱਚੋਂ ਜੋ ਗੋਲੀਆਂ ਚੱਲੀਆਂ ਤੇ ਉਹਨਾਂ ਦੇ ਜਾ ਕੇ ਜੋ ਗੋਲੀਆਂ ਲੱਗੀਆਂ ਤੇ ਉਹ ਲੱਥਪੱਥ ਹੋ ਗਏ ਖੂਨ ਨਾਲ ਤੇ ਲੱਥਪੱਥ ਹੋયા ਨੇ ਗੁਰੂਗ੍ਰੰਥ ਸਾਹਿਬ ਨੂੰ ਜੱਫਾ ਮਾਰ ਲਿਆ ਵੀ ਵੀ ਮੇਰੇ ਗੁਰੂ ਦੀ ਗੋਦ ਵਿੱਚ ਨਾ ਲੱਗ ਜੇ ਮੇਰੇ ਗੁਰੂ ਦੀ ਹਿੱਕ 'ਚ ਨਾ ਲੱਗ ਜੇ ਮੈਂ ਭਾਵੇਂ ਬਿੰਨਿਆ ਜਾਵਾਂ ਤੇ ਪਰ ਮੇਰੇ ਗੁਰੂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਹੈ ਤੇ ਲੱਤ ਪੱਥੋ ਇਹ ਖੂਨ ਦੇ ਉੱਥੇ ਜਿਹੜਾ ਉਹਨਾਂ 'ਚਫਾ ਮਾਰ ਲਿਆ ਇੱਕ ਹੋਰ ਜਿਹੜੀ ਬੜੀ ਦਰਦਨਾਕ ਘਟਨਾ ਕਿ ਜਿਹੜੇ ਸਿੰਘ ਉੱਥੇ ਜਾਂ ਜ ਸਹਿ ਕਰੇ ਸੀ ਅਜੇ ਸ਼ਹੀਦ ਨਹੀਂ ਸੀ ਹੋਏ ਉਹਨਾਂ ਦੀਆਂ ਲੱਤਾਂ ਬਾਹਾਂ ਕੱਟ-ਕੱਟ ਕੇ ਉੱਥੇ ਢੇਰ ਲਾ ਦਿੱਤੇ ਖੂਨ ਨਾਲ ਭਰਿਆ ਹੋਇਆ ਜਦੋਂ ਅੰਦਰ ਹਾਲ ਸੰਗਤਾਂ ਨੇ ਜੋ ਦੇਖਿਆ ਤੇ ਫਿਰ ਉਥੇ ਧੋਣ ਲੱਗੇ ਇਕੱਠਾ ਕਰਨ ਲੱਗੇ ਤਾਂ ਇੱਕ ਬਾਰੀ ਦੇ ਵਿੱਚੋਂ ਦੀ ਆਵਾਜ਼ ਆਉਂਦੀ ਚੀਕਾਂ ਆਉਂਦੀਆਂ ਕਿ ਛੋਟਾ ਜਿਹਾ 8 ਸਾਲ ਦਾ ਬੱਚਾ ਜਿਹੜਾ ਸੱਜਿਆ ਤੇ ਜਿਆ ਭਾਈ ਕੇਰ ਸਿੰਘ ਦਾ ਜਿਹਦਾ ਬਾਪ ਸ਼ਹੀਦ ਹੋ ਗਿਆ ਸੀ ਉਹ ਵਾਜਾਂ ਦੇ ਰਿਹਾ ਕਿ ਬਾਪੂ ਮੈਂ ਵੀ ਸ਼ਹੀਦ ਹੋਣਾ ਮੈਂ ਵੀ ਸ਼ਹੀਦ ਹੋਣਾ ਤੇ ਉਹਨਾਂ ਨੇ ਦੇਖਿਆ ਕਿ ਇਹ ਆਵਾਜ਼ ਕਿਹਦੀ ਹੈ ਜਦੋਂ ਬਾਰੀ ਖੋਲੀ ਹੈ ਤੇ 8 ਸਾਲ ਦਾ ਦਰਬਾਰਾ ਸਿੰਘ ਪਿੰਡ ਅ ਜਰਗ ਦਾ ਉਹ ਉੱਥੇ ਖੜਾ ਤੇ ਉਹਨਾਂ ਨੇ ਦੁਸ਼ਮਣਾਂ ਨੇ ਕੱਢ ਕੇ ਉਹਨਾਂ ਦੇ ਗੁੰਡਿਆਂ ਨੇ ਕੱਢ ਕੇ ਨਰਾਇਣੇ ਦੇ ਨੇ ਉਹਨੂੰ ਚੱਕ ਕੇ ਜੂੰਦੇ ਨੂੰ ਉੱਥੇ ਜਿਹੜੀ ਲਾਸ਼ਾ ਸੜ ਰਹੀ ਹੈ ਉਸੇ ਉਹਦੇ ਸੁੱਟ ਦਿੱਤਾ ਸੋ ਇੰਨੇ ਦਰਦਨਾਕ ਘਟਨਾਵਾਂ ਉੱਥੇ ਵਾਪਰੀਆਂ ਸ਼ਾਇਦ ਹਿਰਦਾ ਬਲੁੰਦ ਰਿਆ ਜਾਂਦਾ ਔਰ ਕਦੀ ਸਾਡੀ ਜ਼ੁਬਾਨ 'ਚੋਂ ਗੱਲ ਕਰਨ ਲੱਗਿਆ ਵੀ ਅਸੀਂ ਥਿੜਕਦੇ ਹਾਂ ਕਿ ਇਹ ਇਹੋ ਜੀ ਸ਼ਹਾਦਤ ਦੀ ਗੱਲ ਦੱਸੀਏ ਕਿਦਾਂ ਸੰਗਤ ਸੋ ਬਹੁਤ ਹੀ ਦਰਦਨਾਕ ਘਟਨਾ ਔਰ ਮੈਂ ਸਮਝੀ ਕਿ ਸਾਡੇ ਮੇਰੇ ਖਾਸ ਕਰਕੇ ਤਨਪਾਗ ਹੈ ਕਿ ਮੈਨੂੰ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਦਾ ਸਮਾਂ ਜਿਹੜਾ ਹੈ ਇਹ ਸ਼ਹਾਦਤ ਦੀ 100 ਸਾਲਾ ਮਨਾਉਣ ਦੇ ਜਿਹੜੀ ਬਖਸ਼ਿਸ਼ ਹੋਈ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਆਪਣਾ ਫਰਜ਼ ਸਮਿਧਿਆ ਹੋਇਆ 100 ਸਾਲ ਦੀ ਸ਼ਹਾਦਤ ਦੀ ਜਿਹੜੀ ਹੈ ਉਸ ਨਗਰ ਚ ਆ ਕੇ ਮਨਾ ਰਹੀ ਹੈ ਸਾਰੇ ਸ਼ਹੀਦਾਂ ਨੂੰ ਸਮਰਪਿਤ ਕਰਕੇ ਜਿੰਨੇ ਵੀ ਭਾਈ ਲਖਮਨ ਸਿੰਘ ਜੀ ਦੇ ਸਮੇਤ ਜਿੰਨੇ ਵੀ ਬਾਕੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਇਹ 100 ਸਾਲਾ ਇਤਿਹਾਸ ਫਿਰ ਦੁਬਾਰਾ ਸੰਗਤ ਵਿੱਚ ਦੱਸਿਆ ਜਾਵੇ ਤਾਂ ਜੋ ਕੌਮ ਨੂੰ ਪਤਾ ਲੱਗ ਜਾਵੇ ਵੀ ਗੁਰਦੁਆਰੇ ਉਹਨਾਂ ਮਹੰਤਾ ਕੋਲੋਂ ਉਹਨਾਂ ਮਸੰਦਾ ਕੋਲੋਂ ਜਿਨ੍ਹਾਂ ਨੇ ਗੁਰਮਤ ਦਾ ਕਾਣ ਕੀਤਾ ਸੀ ਜਿਨ੍ਹਾਂ ਨੇ ਮर्यादा ਦਾ ਕਾਣ ਕੀਤਾ ਸੀ ਜਿਨ੍ਹਾਂ ਨੇ ਇੱਥੇ ਅਸ਼ਲੀਲ ਨਾਚ ਨਚਾਏ ਸੀ ਜਿਨ੍ਹਾਂ ਲੋਕਾਂ ਨੇ ਉੱਥੇ ਸ਼ਰਾਬਾਂ ਪੀਤੀਆਂ ਨਸ਼ੇ ਦੇ ਲੋਰ ਵਿੱਚ ਬਹੁਤ ਮਾੜੇ ਕਰਮ ਕੀਤੇ ਸੀਗੇ ਉਹਨਾਂ ਤੋਂ ਕਿੱਦਾਂ ਗੁਰਮਤਿ ਵਿੱਚ ਲਿਆਂਦੇ ਤੇ ਸਾਨੂੰ ਵੀ ਅੱਜ ਸੇਧ ਲਿਆਂਦੀ ਲੋੜ ਹੈ ਕਿ ਆਪਣੇ ਗੁਰੂ ਘਰ ਦੀ ਗੁਰਮਤਿ ਦੇ ਵਾਸਤੇ ਮਰਿਆਦਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੋ ਆਜ਼ਾਦ ਕਰਾਇਆ ਸੀ ਉਸ ਦੀ ਸਾਰੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਸਾਰੀ ਕੌਮ ਫਿਰ ਇਕੱਠੀ ਹੋਵੇ ਤਤਪਰ ਹੋਵੇ ਕਿ ਅਸੀਂ ਗੁਰੂ ਨੂੰ ਸਮਰਪਿਤ ਹੋਣਾ ਹੈ ਸੋ ਮੈਂ ਨਮਸਕਾਰ ਕਰਦੀ ਹਾਂ ਸ਼ਹੀਦਾਂ ਨੂੰ ਤੇ ਨਾਲ ਹੀ ਅਰਦਾਸ ਕਰਦੀ ਹਾਂ ਕਿ ਸਾਰੇ ਨਗਰ ਵਾਲੇ ਇਲਾਕੇ ਵਾਲੇ ਇਕੱਲੇ ਨਹੀਂ ਸਾਰੇ ਹਿੰਦੁਸਤਾਨ ਕੀ ਵਰਲਡ ਵਿੱਚ ਵਸਦੇ ਸਿੱਖ ਜਿਹੜੇ ਆ ਉਸਦੇ ਨੂੰ ਸ਼ਰਧਾ ਨਾਲ ਸਿਰ ਚੁਕਾਈਏ ਕਿਤੇ ਵੀ ਅਸੀਂ ਵਸਦੇ ਹੋਈਏ ਲੇਕਿਨ ਸਾਡਾ ਧਿਆਨ ਇਸ ਸਮਾਗਮ 'ਚ ਹੋਣਾ ਚਾਹੀਦਾ ਤਾਂ ਜੋ ਅਸੀਂ ਬਾਹਰ ਬੈਠੇ ਵੀ ਭਾਈ ਲక్ష్మణ ਸਿੰਘ ਜੀ ਤੇ ਬਾਕੀ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰ ਸਕੀਏ ਪ੍ਰਧਾਨ ਜੀ ਜੇ ਗੱਲ ਕੀਤੀ ਜਾਵੇ ਇਹ ਇਤਿਹਾਸ ਦੇ ਵਿੱਚ ਲਾਸਾਨੀ ਸ਼ਹਾਦਤ ਆ ਉਸ ਵੇਲੇ ਜਦੋਂ ਇਸ ਸ਼ਹਾਦਤ ਹੋਈ ਸੀ ਤਾਂ ਉਹ ਮਹਾਤਮਾ ਗਾਂਧੀ ਜੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਪੌੜੀ ਅਸੀਂ ਚੜ੍ਹ ਚੁੱਕੇ ਆਂ ਪਰ ਅੱਜ ਇਹਨਾਂ ਸਹੀਦਾਂ ਨੂੰ ਨਤਮਸਤਕ ਹੋਣ ਲਈ ਜਥਾ ਜਾਣਾ ਸੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਤੇ ਕੇਂਦਰ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਕੀ ਸਮਝ ਦਿਓ ਸ਼੍ਰੋਮਣੀ ਅਕਾਲੀ ਦਲ ਜਾਂ ਐਚਪੀਸੀ ਕਿਸਾਨਾਂ ਦੀ ਮਦਦ ਕਰ ਰਿਹਾ ਤਾਂ ਐਸਾ ਹੋ ਰਿਹਾ ਜੀ ਦੇਖੋ ਇਹ ਉਹਨਾਂ ਦੀ ਮਾੜੀ ਸੋਚ ਹੈ ਜੀ ਉਹਨਾਂ ਦੀ ਸਿੱਖਾਂ ਪ੍ਰਤੀ ਜਾਂ ਧਰਮ ਪ੍ਰਤੀ ਜੋ 네ਗੇਟਿਵਿਟੀ ਦਿਸੀ ਹੈ ਮੈਂ ਸਮਝਦੀ ਹਾਂ ਕਿ ਇਹ ਨਹੀਂ ਸੀ ਹੋਣਾ ਚਾਹੀਦਾ ਜੋ ਉਹਨਾਂ ਨੇ ਚਿੱਠੀ ਵੀ ਕੱਲ ਆਈ ਹੈ ਸਾਡਾ ਜਥਾ ਬਿਲਕੁਲ ਤਿਆਰ ਸੀ ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਸਾਡੇ ਸਾਰੇ ਟਰਾਂਸਪੋਰਟ ਦੇ ਪ੍ਰਬੰਧ ਸੀ ਉੱਤੇ ਸਾਰੇ ਕਹਿ ਕੇ ਕਰਵਾ ਲਏ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਠੀਕ ਇਸ ਵੇਲੇ ਹੀ तकरीबन 6 ਵਜੇ ਦੇ ਕਰੀਬ ਸਾਨੂੰ ਸਾਢੇ 6 ਵਜੇ ਜਦੋਂ ਉਹ ਆਈ ਹੈ ਈਮੇਲ ਇਮੀਡੀਏਟ ਮੈਂ ਪ੍ਰੈਸ ਨੂੰ ਦੱਸਿਆ ਇਸ ਕਰਕੇ ਕਿ ਸਾਡੇ ਸ਼ਰਦਾਲੂ ਰਸਤੇ ਵਿੱਚ ਵੀ ਆ ਰਹੇ ਆ ਜਾਂ ਪਹੁੰਚ ਗਏ ਆ ਉਹਨਾਂ ਨੂੰ ਪਤਾ ਲੱਗ ਜਾਵੇ ਕਿਤੇ ਇੱਕਦਮ ਫਿਰ ਸਵੇਰੇ ਜਾ ਕੇ ਸਾਰੇ ਇਕੱਠੇ ਨਾ ਹੋ ਜਾਣ ਕਿਉਂਕਿ ਅਸੀਂ ਵੀਜ਼ਾ ਦੇ ਬਲੇ ਪਾਸਪੋਰਟ ਸੀ ਜਿਹੜੇ ਡਿਸਟ੍ਰੀਬਿਊਟ ਕਰ ਚੁੱਕੇ ਸੀਗੇ ਵੀ ਘਰਾਂ ਨੂੰ ਚਲੇ ਗਏ ਸਨਵੇਸ਼ਿਕਾ ਕਿ ਸਿੱਧੇ ਹੀ ਨਾ ਜਾ ਕੇ ਬਾਹਰ ਦੇ ਅੱਜ ਇੱਕ ਫੋਟੋ ਆਈ ਹੈ ਉੱਥੋਂ ਵੀਡੀਓ ਆਈ ਹੈ ਕਿ ਜਿਹੜੇ ਨਨਕਾਣਾ ਸਾਹਿਬ ਤੋਂ ਆ ਕੇ ਸੰਗਤਾਂ ਉਥੇ ਹਾਰ ਲੈ ਕੇ ਖੜੀਆਂ ਹੋਈਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਨਹੀਂ ਪਹੁੰਚਣਾ ਜਥਾ ਸੋ ਉਹ ਅਗਰ ਰਿਸੀਵ ਕਰਨ ਨੂੰ ਖੜੇ ਸੀਗੇ ਕਿ ਜਥਾ ਆ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਰਿਸੀਵ ਕਰਨਾ ਸੋ ਮੈਂ ਜਿੱਥੇ ਇਹਦੀ ਸਖਤ ਨਿੰਦਾ ਵੀ ਕਰਦੀ ਹਾਂ ਉੱਥੇ ਮੈਂ ਕਹਿੰਦੀ ਹਾਂ ਕਿ ਸਿੱਖ ਕੌਮ ਦੀ ਪਤਾ ਨਹੀਂ ਕੀ ਇਹਨਾਂ ਲੋਕਾਂ ਦੇ ਮਨ ਵਿੱਚ ਵਸਿਆ ਹੋਇਆ ਹੈ ਕਿ ਹਮੇਸ਼ਾ ਹੀ ਇਨਾਂ ਨੇ ਜਿੱਥੇ ਸਾਡੇ ਸ੍ਰੀ ਅਕਾਲ ਤਾ ਸਾਬ ਟੈਟੇਰੀ ਹੋਏ ਪਾਰ ਸਰਕਾਰ ਵੱਲੋਂ ਜਿੱਥੇ ਸਾਡਾ 84 ਦੇ ਕਤਲਿਆਮ ਹੋਏ ਪਾਰ ਸਰਕਾਰ ਵੱਲੋਂ ਉੱਥੇ ਸਾਡੇ ਇਸ ਮਹਾਨ ਸ਼ਹੀਦਾਂ ਦੇ ਦਿਹਾੜੇ ਨੂੰ ਮਨਾਉਣ ਵਿੱਚ ਜੋ ਇਹਨਾਂ ਰੁਕਾਵਟ ਪਾਈ ਹੈ ਜਾਂ ਰੋਕ ਲਾਈ ਹੈ ਸਾਨੂੰ ਬਹੁਤ ਪੀੜਾ ਹੋਈ ਹੈ ਔਰ ਜਿਹੜੇ ਸ਼ਰਦਾਲੂ ਬੜੇ ਮਾਇੂਸ ਅੱਜ ਮੁੜ ਕੇ ਗਏ ਹੈ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਇਹੀ ਕਹਿ ਕੇ ਸੱਚੇ ਪਾਤਸ਼ਾਹ ਹੁਣ ਸਾਡੀ ਹਾਜ਼ਰੀ ਇੱਥੋਂ ਹੀ ਕਬੂਲ ਕਰੋ ਅਸੀਂ ਤੇ ਉਸ ਥਾਂ ਤੇ ਚੱਲੇ ਸੀ ਜਿੱਥੇ ਅਸੀਂ ਦੇਖਣਾ ਸੀ ਵੀ ਕਿੱਥੇ ਸਾਡਾ ਉਹ ਜਿਹੜਾ ਛੋਟਾ ਜਿਹਾ ਬੱਚਾ ਸ਼ਹੀਦ ਹੋ ਗਿਆ ਕਿੱਥੇ ਉਹ ਉਂਗਲੀਆਂ ਲੱਭਦੇ ਹੋਣਗੇ ਨਿੱਕੀਆਂ ਨਿੱਕੀਆਂ ਕਿ ਉਹਦੇ ਵੀ ਉਂਗਲੀਆਂ ਕੱਢੋ ਉਹਦੇ ਵੀ ਅੰਗ ਕੱਢੋ ਕਿੱਥੋਂ ਲੱਭਦੇ ਹੋਣਗੇ ਤੇ ਦੇਖਣ ਜਾਣਾ ਸੀਗਾ ਵੀ ਕਿਸ ਤਰ੍ਹਾਂ ਸਾਡੇ ਸ਼ਹੀਦ ਹੋਤੇ ਹੋਏ ਹੈ ਸੋ ਮੈਂ ਸਭ ਦੀਆਂ ਕਿ ਇਹ ਉਹਨਾਂ ਦੀ ਸੋਚ ਹੈ ਜੀ ਅੱਜ ਫਿਰ ਮੈਂ ਚਿੱਠੀ ਵੀ ਲਿਖੀ ਹੈ ਕਿ ਇੱਕ ਵਾਰੀ ਆਪਣੇ ਫੈਸਲੇ ਰਿਵਿਊ ਕਰੋ ਤਾਂ ਜੋ ਸਾਨੂੰ ਅੱਜ ਨਹੀਂ ਤੇ ਕੱਲ ਹੀ ਮਨਜ਼ੂਰੀ ਦੇ ਦੋ ਅਸੀਂ 21 ਤੋਂ ਪਹਿਲਾਂ ਪਹਿਲਾਂ ਜਾ ਕੇ ਉੱਥੇ ਪਹੁੰਚ ਸਕੀਏ ਕੀ ਕੱਲ ਜੋ ਨਤੀਜੇ ਆਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਹਾਲਾਤ ਨਗਰ ਨਿਗਮ ਤੇ ਨਗਰ ਕੌਂਸਲ ਦੇ ਦੇਖੋ ਜੀ ਗੱਲ ਇਹ ਹੈ ਮੈਂ ਵੈਸੇ ਇਸ ਸੰਦੇਸ਼ ਦੇ ਵਿੱਚ ਕੋਈ ਮਹੋਤੀ ਗੱਲ ਨਹੀਂ ਸੀ ਕਰਨੀ ਚਾਹੁੰਦੀ ਪਰ ਇੱਕ ਮੈਂ ਕਹਿਣੀ ਹੈ ਕਿ ਪੰਥ ਦੀ ਸਦਾ ਚੜ੍ਹਦੀ ਕਲਾ ਰਹੇਗੀ ਜਿੰਨਾ ਮਰਜੀ ਸਰਕਾਰਾਂ ਤਸ਼ੱਦਦ ਕਰ ਲੈਣ ਜਿੰਨਾ ਮਰਜੀ ਸਰਕਾਰਾਂ ਤੱਕੇ ਕਰ ਲੈਣ ਬੰਥਰੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਔਰ ਮੈਂ ਉਹਨੂੰ ਵਧਾਈ ਦਿੰਨੀ ਹੈ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਜਿਨ੍ਹਾਂ ਨੇ ਇਸ ਤੱਕਿਆਂ ਦੇ ਵਿੱਚ ਵੀ ਬਹੁਤ ਗੋਲੀਆਂ ਵੀ ਚੱਲੀਆਂ ਤੱਕੇ ਵੀ ਵੱਜੇ ਅਸ਼ਲੀਲ ਵੀ ਉਹਨਾਂ ਨੇ ਕੰਮ ਕੀਤੇ ਪਰ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਔਰ ਡਟ ਕੇ ਜਿਹੜੀ ਹੈ ਉਹ ਆਪਣੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀ ਕਰਤਾਰਪੁਰ ਕੋਈ ਡੋਰ ਨੂੰ ਲਾ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਰੋਨਾ ਕਾਲ ਤੋਂ ਅਸੀਂ ਅੱਜ ਵੀ ਅਸੀਂ ਅੱਜ ਵੀ ਚਿੱਠੀ ਪਾਈ ਹੈ ਜੀ ਉਹਨਾਂ ਨੂੰ ਕਿ ਇੱਕ ਬਹਾਨੇ ਨੇ ਤੁਹਾਡੇ ਉੱਥੇ ਇੱਕ ਕੋਵਿਡ-19 ਦਾ ਵੀ ਬਹਾਨਾ ਹੀ ਹੈ ਉੱਥੇ ਰਿਸਕ ਕੀ ਹੈ ਉੱਥੇ ਸਾਨੂੰ ਕੀ ਥ੍ਰੈਟਸ ਨੇ ਸਾਨੂੰ ਕੀ ਉੱਥੇ ਡਰ ਹੈ ਉਹ ਸਿਕਿਉਰਟੀ ਦਾ ਕੀ ਡਰ ਹੈ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਨੂੰ ਕਹਿੰਦੇ ਸਗਾ ਕਿ ਸਾਡਾ ਜਥਾ ਆ ਰਿਹਾ ਹੈ ਦੀ ਸਿਕਿਉਰਟੀ ਦਾ ਪ੍ਰਬੰਧ ਸਰਕਾਰ ਨੇ ਕਰਨਾ ਜੇ ਕੋਈ ਐਸੀ ਗੱਲ ਸੀ ਮੈਨੂੰ ਇੱਕੋ ਹੀ ਦੁੱਖ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਸਿੱਖਾਂ ਦੀ ਮਹਾਨ ਸਿਰਮੌਰ ਜਥੇਬੰਦੀ ਕੀ ਜਾਂਦੀ ਹੈ ਔਰ ਉਸ ਦੇ ਪ੍ਰਧਾਨ ਨਾਲ ਕੀ ਹੋਮ ਮਿਨਿਸਟਰ ਨੇ ਇਹ ਵੀ ਚੰਗਾ ਨਾ ਸਮਝਿਆ ਕਿ 4 ਦਿਨ ਪਹਿਲਾਂ ਮੇਰੇ ਨਾਲ ਗੱਲ ਕਰ ਲਈ ਜਾਂਦੀ ਕੇ ਪ੍ਰਧਾਨ ਜੀ ਆ ਗੱਲ ਹੈ ਜਾਂ ਤੁਸੀਂ ਇਹ ਪਰੇਸ਼ਾਨ ਨਾ ਹੋਇਓ ਸਾਨੂੰ ਕੋਈ ਉਥੋਂ ਕਾਲਸ ਆਈਆਂ ਨੇ ਸਾਨੂੰ ਉਥੇ ਪਤਾ ਲੱਗਾ ਕਿ ਸਿਕਿਉਰਿਟੀ ਦਾ ਖਤਰਾ ਹੈ ਸਾਨੂੰ ਪਹਿਲਾਂ ਦੱਸ ਦਿੰਦੇ ਤਾਂ ਜੋ ਸਾਡਾ ਵੀਜ਼ਾ ਨਾ ਸੀ ਭੇਜਦੇ ਦਾ ਸੀ ਸੰਗਤ ਨੂੰ ਕਹਿ ਦਿੰਦੇ ਕਿ ਉਥੇ ਹਾਲਾਤ ਠੀਕ ਨਹੀਂਗੇ ਸਰਕਾਰ ਵੱਲੋਂ ਰਿਪੋਰਟ ਆਈ ਹੈ ਤੇ ਇਸ ਕਰਕੇ ਇਹ ਪੋਸਟਪੋਨ ਕਰ ਦਿੰਦੇ ਜਾਂ ਕੁਝ ਕਰਦੇ ਪਰ ਜਦੋਂ ਵੀਜ਼ੇ ਲੱਗ ਜਾਣ ਹੋਮ ਮਿਨਿਸਟਰੀ ਵੱਲੋਂ ਇਨਕੁਆਰੀ ਹੋ ਜਾਵੇ ਸਾਰਾ ਕੁਝ ਔਰ ਤੁਸੀਂ ਹਰਿਆਣਾ ਤੋਂ ਗੁਜਰਾਤ ਤੋਂ ਹਿਮਾਚਲ ਤੋਂ ਹਰਿਆਣੇ ਤੋਂ ਦਿੱਲੀ ਤੋਂ ਦੇਸ਼ ਦੂਰੋਂ ਦੂਰੋਂ ਲੋਕ ਆਏ ਦੂਰ ਦੂਰ ਜਿਹੜੀ ਸੀ ਸ਼ਰਧਾਲੂ ਆਏ ਸੀ ਕਹਿੰਦੇ ਸੀ ਐਦ ਕੀ ਨਾ ਵੱਖਰਾ ਹੀ ਚਾਜ ਆ ਵੱਖਰੀ ਸ਼ਰਧਾ ਹੈ ਵੱਖਰਾ ਹੀ ਉਹਨਾਂ ਦੇ ਮਨ ਵਿੱਚ ਸੀਗਾ ਕਿ ਅਸੀਂ ਜਾ ਕੇ ਉਸ ਸਥਾਨ ਨੂੰ ਵੇਖਣਾ ਜਿੱਥੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ 250 ਤੋਂ ਵੱਧ ਚਲੇ ਸੀ ਸ਼ਹੀਦियां ਪਾ ਗਏ ਤੇ ਸਾਡੀ ਕੌਮ ਨੂੰ ਇੱਕ ਸਿਰ ਉੱਚਾ ਕਰਕੇ ਕਹਿਣਾ ਅਸੀਂ ਕਹਿੰਦੇ ਹਾਂ ਕਿ ਜੇ ਉਹਨਾਂ ਸਾਰੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਣੀ ਚਾਹੀ ਸੀ ਤੇ ਮਹਾਤਮਾ ਗਾਂਧੀ ਵਰਗੇ ਨੇ ਕਿਹਾ ਸੀ ਕਿ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਅਸੀਂ ਜਿੱਤ ਲਈ ਹੈ ਅੱਜ ਉਹੀ ਸਿੱਖ ਮਾੜੇ ਲੱਗਣ ਲੱਗੇ ਅੱਜ ਉਹੀ ਸਿੱਖਾ ਦਾ ਇਤਿਹਾਸ ਮਾਰਾ ਲੱਗਣ ਲੱਪਿਆ ਸੋ ਮੈਂ ਇਹ ਤੋਂ ਵੱਧ ਹੋਰ ਕੁਝ ਨਹੀਂ ਕਹਿਣਾ